ਬਹੁਤ ਖਿਆਲ ਆਉਂਦੇ ਨੇ ਬਾ ਉਹ ਸਮਾਂ ਦੇਖੋ ਵੀ ਕਿੰਨਾ ਭਿਆਨਕ ਹੋਊਗਾ, ਵੀ ਕਿਹੋ ਜਿਹੀ ਰਾਤ ਹੋਊਗੀ ਜਦੋਂ ਮਾਤਾ ਗੁਜਰੀ ਸੀ ਨੇ ਛੋਟੇ ਬੱਚਿਆਂ ਨੇ ਕੱਟੀ ਹੋਊਗੀ, ਬਹੁਤ ਦੁੱਖ ਲੱਗਦਾ ਸੀ। ਹੁਣ ਤਾਂ ਨੌਜਵਾਨ ਅੰਮ੍ਰਿਤ ਛਕ ਲੱਗ ਗਏ ਅਤੇ ਜਿਵੇਂ ਪਹਿਲਾਂ ਅੱਗੇ ਹੁੱਲੜਬਾਜ਼ੀ ਬਹੁਤ ਸੀ, ਹੁਣ ਤਾਂ ਬਹੁਤ ਚੀਜ਼ਾਂ ਘੱਟ ਗਈਆਂ, ਬਹੁਤ ਫਰਕ ਪੈ ਗਿਆ ਜੀ। ਹੁਣ ਨੌਜਵਾਨਾਂ ਨੂੰ ਪਤਾ ਲੱਗਣ ਲੱਗ ਗਿਆ ਸਾਡੇ ਇਤਿਹਾਸ ਬਾਰੇ। ਇੱਥੇ ਆ ਕੇ ਸਕੂਨ ਮਿਲਦਾ ਬਾਈ। ਸੋ ਮੇਰੇ ਪਿੱਛੇ ਠੰਡੇ ਬੁਰਜ ਦੀਆਂ ਤਸਵੀਰਾਂ ਨੇ ਜਿੱਥੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਨਤਮਸਤਕ ਹੋਣ ਦੇ ਲਈ, ਅਤੇ ਜਕਾਰੇ ਜਿਹੜੇ ਉਹਨਾਂ ਵੱਲੋਂ ਛੱਡੇ ਜਾ ਰਹੇ ਨੇ। ਚੜ੍ਹਦੀ ਕਲਾ ਦਾ ਜਿਹੜਾ ਅੱਜ ਪ੍ਰਤੀਕ ਜਿਹੜਾ ਦਿਹਾੜੇ ਉਹ ਚੱਲ ਰਹੇ ਨੇ, ਸ਼ਹੀਦੀ ਦਿਹਾੜੇ ਚੜ੍ਹਦੀ ਕਲਾ ਦੇ ਪ੍ਰਤੀਕ ਚੱਲ ਰਹੇ ਨੇ। ਸੋ ਨੌ ਜਿਹੜੇ ਇੱਥੇ ਸਾਰੇ ਵੀਰ ਜਿਹੜੇ ਇੱਥੇ ਪਹੁੰਚ ਰਹੇ ਨੇ, ਥੋੜ੍ਹੀ ਬਹੁਤੀ ਕਿਸੇ ਨਾਲ ਗੱਲਬਾਤ ਕਰਨ ਦੀ ਵੀ ਜਿਹੜੀ ਆ ਕੋਸ਼ਿਸ਼ ਆਪਾਂ ਕਰਦੇ ਰਹਾਂਗੇ ਨਾਲੋਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਮਹਿਸੂਸ ਕਰਦੇ ਆ ਜੀ? ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਵਧੀਆ ਕਰ ਰਹੇ ਇੱਥੇ ਆ ਕੇ ਸਕੂਨ ਮਿਲਦਾ ਬਾਈ ਤੁਹਾਨੂੰ। ਹੋਰ ਹੋਰ ਵੀ ਭਾਅ ਜੀ ਸਾਰੀ ਦੁਨੀਆ 'ਚ ਵੈਸੇ ਆਪਾਂ ਘੁੰਮਦੇ ਰਹਿੰਦੇ, ਤੁਸੀਂ ਇੱਥੇ ਆ ਕੇ ਸਕੂਨ ਦੀ ਗੱਲ ਕੀਤੀ, ਸਕੂਨ ਇੱਥੇ ਕਿਉਂ ਮਿਲਦਾ? ਬਈ ਛੋਟੇ ਛੋਟੇ ਬੜੇ ਸ਼ਹੀਦੀਆਂ ਪਈਆਂ ਜਿਹੜੀਆਂ, ਠੀਕ ਹੈ, ਇੱਕ ਮਾਤਾ ਇੱਥੇ ਆ ਕੇ ਚਰਨਾਂ 'ਚ ਆ ਕੇ ਸਕੂਨ ਬਹੁਤ ਮਿਲਦਾ ਵਾ। ਤੁਸੀਂ ਬਾਬਾ ਜੀ ਮੈਂ ਬਾਬਾ ਜੀ ਇਹ ਕਹਿਣਾ ਚਾਹੁੰਦਾ ਵੀ ਅੱਜ ਦਾ ਦਿਨ ਜਿਹੜਾ ਸਾਡੇ ਵਾਸਤੇ ਸਿੱਖਾਂ ਵਾਸਤੇ ਇਹ ਬਹੁਤ ਦਿਨ ਜ਼ਰੂਰੀ ਆ, ਕਿਉਂਕਿ ਇੱਥੇ ਆ ਕੇ ਫਤਿਹਗੜ੍ਹ ਸਾਹਿਬ ਆ ਕੇ ਸਭ ਸੀਸ ਝੁਕਾਉਂਦੇ ਆ ਅਤੇ ਉਹਨਾਂ ਸ਼ਹੀਦਾਂ ਦੇ ਦਰਸ਼ਨ ਕਰਦੇ ਆ। ਬਾਬਾ ਜੀ ਵੀ ਅੱਜ ਦੇ ਦਿਨ ਜੇ ਮੰਨ ਲਓ ਛੋਟੇ ਸਾਹਿਬਜ਼ਾਦੇ ਡੋਲ ਜਾਂਦੇ ਤਾਂ ਕੀ ਹੋਣਾ ਸੀਗਾ? ਹੁਣ ਨੂੰ ਮੈਨੂੰ ਲੱਗਦਾ ਸਿੱਖੀ ਖਤਮ ਹੋ ਜਾਣੀ ਸੀਗੀ, ਫਿਰ ਤਾਂ ਸਿੱਖੀ ਦਾ ਕੋਈ ਹਾਲ ਨਹੀਂ ਰਹਿ ਜਾਣਾ ਸੀਗਾ, ਕਿਉਂਕਿ ਛੋਟੀਆਂ ਜਿੰਦਾਂ ਵੱਡੇ ਸਾਕੇ, ਪਰ ਉਹ ਛੋਟੀਆਂ ਜਿੰਦਾਂ ਨਹੀਂ, ਉਹ ਵੱਡੀਆਂ ਹੀ ਜਿੰਦਾਂ ਹੈ। ਖਾਲਸਾ ਵਾ ਜੀ ਫਤਿਹ। ਨੌਜਵਾਨ ਨੌਜਵਾਨ ਜਿਹੜੇ ਆ ਜਕਾਰੇ ਲਾ ਰਹੇ ਨੇ ਉਹ ਬਾਈ ਜੀ ਹੋਣੀ, ਤੁਸੀਂ ਦੇਖ ਸਕਦੇ ਬਾਈ ਆਇਓ। ਸੋ ਸਾਰੇ ਵੀਰ ਜਿਹੜੇ ਕੀ ਹਾਲ ਆ ਵੀਰੇ? ਠੀਕ ਠਾਕ, ਵਧੀਆ ਜੀ। ਉਸ ਵੇਲੇ ਤਾਂ ਹਕੂਮਤ ਸਿਰ ਚੜ੍ਹ ਕੇ ਬੋਲਦੀ ਸੀ, ਕਹਿੰਦੇ ਸਿੱਖਾਂ ਨੂੰ ਖਤਮ ਇਹ ਕਰ ਦੇਣਾ, ਪਰ ਅੱਜ ਅਜਿਹਾ ਸਮਾਂ ਨਹੀਂ ਹੈਗਾ। ਅੱਜ ਤਾਂ ਆਪਾਂ ਕੇਸ ਵੀ ਰੱਖ ਸਕਦੇ ਹਾਂ, ਪਰ ਫਿਰ ਵੀ ਆਪਾਂ ਕੇਸ ਕਤਲ ਕਿਉਂ ਕਰਾਉਣੇ? ਕੇਸਾਂ ਭਰਾਵਾ ਸ਼ੌਂਕ ਹੋ ਗਿਆ ਅੱਡੋ ਅੱਡੀ, ਹੈ ਲੱਗਦਾ ਨਹੀਂ ਵੀ ਕੇਸ ਰੱਖ ਲੈਣੇ ਚਾਹੀਦੇ? ਬਹੁਤ ਜੀ ਕਰਦਾ ਕੇਸ ਰੱਖਣ ਨੂੰ, ਤਾਂ ਬਹੁਤ ਰੱਖਦੇ। ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ। ਰੱਖਦੇ ਕੇਸ, ਬਹੁਤ ਰੱਖਦੇ ਆ ਸਾਡੇ, ਹਾਂ ਕਈ ਪਿੰਡਾਂ ਦੇ ਪਿੰਡ ਹੀ ਪੂਰੇ ਕੇਸ ਹੈ, ਪੂਰੇ ਦਸਤਾਰ ਆਉਂਦੇ ਆ। ਹਾਂਜੀ ਠੀਕ ਹੈ। ਸੋ ਹੋਰ ਵੀ ਤੁਸੀਂ ਦੇਖ ਸਕਦੇ ਹੋ ਵੱਖੋ ਵੱਖਰੇ ਨੌਜਵਾਨ, ਵੱਖੋ ਵੱਖਰੇ ਜਿਹੜੇ ਆ ਉਹ ਸਿੱਖ ਸੰਗਤਾਂ ਜਿਹੜੀਆਂ ਇੱਥੇ ਪਹੁੰਚ ਰਹੀਆਂ, ਹੋਰ ਵੀ ਸੰਗਤਾਂ ਜਿਹੜੀਆਂ ਇੱਥੇ ਆਲੇ ਦੁਆਲੇ ਆ ਉਹ ਬੈਠੀਆਂ ਹੋਈਆਂ ਨੇ ਪੂੰਜੇ ਬੈਠ ਕੇ ਜਿਹੜਾ ਆ ਉਹ, ਕਿਉਂਕਿ ਥੱਲੇ ਜਿਹੜਾ ਫਰਸ਼ ਬਹੁਤ ਜ਼ਿਆਦਾ ਠੰਡਾ ਆ, ਉਸ ਠੰਡ ਨੂੰ ਜਿਹੜਾ ਆ ਉਹ ਮਹਿਸੂਸ ਕਰਦੇ ਨੇ। ਸੋ ਉਹਨਾਂ ਪਰਿਵਾਰਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਜਿਹੜੀ ਆ ਉਹ ਕਰ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਅ ਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਅ ਜੀ ਦੇਖਿਆ ਭੁੰਜੇ ਬੈਠ ਰਹੇ ਹੋ, ਸਮਾਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰ? ਹਾਂਜੀ ਹਾਂਜੀ ਹਾਂਜੀ, ਸਮਾਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂਜੀ ਭਾਅ ਜੀ, ਜਦੋਂ ਇਹ ਦਿਨ ਆਉਂਦੇ ਤਾਂ ਮਨ 'ਚ ਕੀ ਚੱਲਦਾ ਹੁੰਦਾ, ਕੀ ਖਿਆਲ ਜਿਹੜੇ ਆ ਮਨ ਦੇ ਵਿੱਚ ਆਉਂਦੇ? ਬਹੁਤ ਖਿਆਲ ਆਉਂਦੇ ਨੇ ਬਾ ਉਹ ਸਮਾਂ ਦੇਖੋ ਵੀ ਕਿੰਨਾ ਭਿਆਨਕ ਹੋਊਗਾ, ਵੀ ਕਿਹੋ ਜਿਹੀ ਰਾਤ ਹੋਊਗੀ ਜਦੋਂ ਮਾਤਾ ਗੁਜਰੀ ਨੇ ਛੋਟੇ ਬੱਚਿਆਂ ਨੇ ਕੱਟੀ ਹੋਊਗੀ, ਬਹੁਤ ਦੁੱਖ ਲੱਗਦਾ ਸੋਚ ਕੇ। ਇੱਕ ਤਾਂ ਕਿ ਉਸ ਵੇਲੇ ਕਹਿੰਦੇ ਨਦੀ ਜਿਹੜੀ ਪਿੱਛੇ ਹੰਸਲਾ ਨਦੀ ਵਗਦੀ ਹੁੰਦੀ ਸੀਗੀ, ਕਿ ਕਿੰਨਾ ਠੰਡਾ ਹਨਾ, ਕਿਉਂਕਿ ਇਸ ਵੇਲੇ ਅਸੀਂ ਮੋਟੇ ਕੱਪੜੇ ਪਾਏ। ਹਾਂਜੀ ਹਾਂਜੀ, ਹੁਣ ਤਾਂ ਟ੍ਰੈਫਿਕ ਵੀ ਵੱਧਦਾ ਹੀ, ਮਤਲਬ ਪ੍ਰਦੂਸ਼ਣ ਠੰਡ ਉਨੀ ਪੈਂਦੀ ਨਹੀਂ ਨਾ, ਉਹ ਸਮੇਂ 'ਚ ਤਾਂ ਠੰਡ ਵੀ ਬਹੁਤ ਜ਼ਿਆਦਾ ਪੈਂਦੀ ਹੋਣੀ। ਹਾਂਜੀ ਤੁਸੀਂ ਬਾਈ 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 ਮੈਂ ਦੇਖਿਆ ਜਿਹੜੇ ਨੌਜਵਾਨ ਆ ਨਾ ਉਹ ਕਿਵੇਂ ਮਤਲਬ ਇਸ ਦਿਨਾਂ ਨੂੰ ਦੇਖਦੇ ਅੱਜ ਕੱਲ੍ਹ? ਉਸ ਵੇਲੇ ਸਿੱਖੀ ਉਸ ਵੇਲੇ ਤਾਂ ਹਕੂਮਤ ਚੜ੍ਹ ਕੇ ਆਈ ਸੀ ਵੀ ਸਿੱਖਾਂ ਨੂੰ ਖਤਮ ਕਰ ਦਿਓ,
ਘਰਾਂ 'ਚੋਂ ਕੱਢ ਕੱਢ ਕੇ ਮਾਰ ਦਿੰਦੇ ਸੀ ਜਾਂ ਜੰਗਲਾਂ 'ਚ ਸਿੱਖਾਂ ਨੂੰ ਰਹਿਣਾ ਪੈਂਦਾ ਸੀ, ਪਰ ਅੱਜ ਇੰਨਾ ਔਖਾ ਸਮਾਂ ਨਹੀਂ, ਪਰ ਫਿਰ ਵੀ ਨੌਜਵਾਨ ਜਿਹੜੇ ਆ ਉਹ ਕੇਸ ਵੀ ਕਤਲ ਕਰ ਲੈਂਦੇ ਆ, ਅੰਮ੍ਰਿਤ ਵੀ ਬਹੁਤ ਘੱਟ ਛਕਦੇ ਨੇ, ਕੀ ਕਾਰਨ ਲੱਗਦਾ? ਹੁਣ ਤਾਂ ਬਹੁਤ ਫਰਕ ਪੈ ਗਿਆ ਗੱਲਾਂ ਦਾ, ਹੁਣ ਤਾਂ ਨੌਜਵਾਨ ਅੰਮ੍ਰਿਤ ਛਕ ਲੱਗ ਗਏ, ਅਤੇ ਜਿਵੇਂ ਪਹਿਲਾਂ ਅੱਗੇ ਹੁੱਲੜਬਾਜ਼ੀ ਬਹੁਤ ਸੀ, ਹੁਣ ਤਾਂ ਬਹੁਤ ਚੀਜ਼ਾਂ ਘੱਟ ਗਈਆਂ, ਬਹੁਤ ਫਰਕ ਪੈ ਗਿਆ ਜੀ। ਹੁਣ ਨੌਜਵਾਨਾਂ ਨੂੰ ਪਤਾ ਲੱਗਣ ਲੱਗ ਗਿਆ ਸਾਡੇ ਇਤਿਹਾਸ ਬਾਰੇ ਜੀ। ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਇੱਧਰ ਵੀ ਸੰਗਤ ਜਿਹੜੀ ਆ ਉਹ ਬੈਠੀ ਹੋਈ ਆ ਨਤਮਸਤਕ ਹੋਣ ਦੇ ਲਈ, ਅਤੇ ਜਿਹੜੇ ਆ ਨੌਜਵਾਨ ਜਿਹੜੇ ਆ ਵੱਖੋ ਵੱਖਰੇ ਇਲਾਕਿਆਂ ਤੋਂ ਇੱਥੇ ਪਹੁੰਚੇ ਹੋਏ ਨੇ, ਸਿਰਾਂ ਉੱਤੇ ਜਿਹੜੀਆਂ ਦਸਤਾਰਾਂ ਬੰਨੀਆਂ ਜਾ ਰਹੀਆਂ ਨੇ, ਅਤੇ ਮੱਥਾ ਟੇਕਣ ਲਈ ਲਾਈਨ ਜਿਹੜੀ ਆ ਕਾਫੀ ਲੰਬੀ ਜਿਹੜੀ ਲਾਈਨ ਲੱਗਦੀ। ਸੋ ਅਜਿਹਾ ਮਾਹੌਲ ਜਿਹੜਾ ਠੰਡੇ ਬੁਰਜ ਦਾ ਰਹਿੰਦਾ ਇੱਥੇ, ਇਹ ਉਹ ਠੰਡਾ ਬੁਰਜ ਆ ਜਿੱਥੇ ਜਿਹੜਾ ਆ ਸਾਹਿਬਜ਼ਾਦਿਆਂ ਦੇ ਮਾਤਾ ਜੀ ਨੂੰ ਜਿਹੜਾ ਆ ਉਹ ਰਾਤ ਇੱਥੇ ਰੱਖਿਆ ਗਿਆ ਸੀਗਾ। ਪਿੱਛੇ ਨਦੀ ਵਗਦੀ ਸੀ ਅਤੇ ਠੰਡੀ ਠੰਡੀ ਹਵਾ ਚੱਲਦੀ ਸੀ, ਕਹਿੰਦੇ ਹੁੰਦੇ ਸੀ ਕਿ ਗਰਮੀਆਂ ਦੇ ਵਿੱਚ ਵੀ ਜਿਹੜੀ ਇੱਥੇ ਉਸ ਵੇਲੇ ਠੰਡ ਦਾ ਜਿਹੜਾ ਮਾਹੌਲ ਹੁੰਦਾ ਸੀ, ਗਰਮੀਆਂ ਵਿੱਚ ਵੀ ਜਿਹੜੀ ਉਹ ਠੰਡ ਉਹ ਲੱਗਦੀ ਹੁੰਦੀ ਸੀਗੀ, ਅਤੇ ਸਿਆਲਾਂ ਦੇ ਵਿੱਚ ਤਾਂ ਪੂਰੇ ਮਹੀਨੇ ਵਿੱਚ ਦੇਖ ਲਓ ਤੁਸੀਂ ਕਿ ਹਾਲਾਤ ਜਿਹੜੇ ਉਹਨਾਂ ਦੇ ਹੋਣਗੇ, ਕਿਹੋ ਜਿਹਾ ਜਿਹੜਾ ਮਾਹੌਲ ਬਣਿਆ ਹੋਊਗਾ, ਕਿਹੋ ਜਿਹੇ ਜਿਹੜੇ ਆ ਉਸ ਵੇਲੇ ਜਿਹੜੇ ਹਾਲਾਤ ਬਣੇ ਹੋਣਗੇ। ਪਰ ਫਿਰ ਵੀ ਮਾਤਾ ਜੀ ਹੁਣੀ ਉਹਨਾਂ ਡੋਲੇ ਨੇ ਬੱਚੇ ਜਿਹੜੇ ਆ ਡੋਲੇ ਨੂੰ ਉਹਨਾਂ ਸਿੱਖੀ ਨੂੰ ਕਾਇਮ ਰੱਖਣ ਲਈ ਆਪਣੀਆਂ ਜੋ ਆਪਾਂ ਸਿੱਖੀ ਸਰੂਪ ਲੈ ਕੇ ਅੱਜ ਇਸ ਧਰਤੀ ਉੱਤੇ ਘੁੰਮ ਰਹੇ ਆ, ਸਿੱਖੀ ਸਰੂਪ ਨੂੰ ਕਾਇਮ ਰੱਖਣ ਦੇ ਲਈ ਜਿਹੜਾ ਆ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਨੇ ਹਕੂਮਤ ਦੇ ਨਾਲ ਟੱਕਰ ਲਈ, ਉਹਨਾਂ ਨੇ ਜਿਹੜਾ ਆ ਸੂਬਾ ਸਰਹੰਦ ਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖਿਆ ਤਾਂ ਕਿ ਸਾਡੇ ਸਿਰਾਂ ਦੀਆਂ ਪੱਗਾਂ, ਸਾਡੇ ਜਿਹੜੇ ਆ ਦੁਮਾਲੇ, ਸਾਡੇ ਦਾੜੇ ਕੇਸ ਜਿਹੜੇ ਆ ਕਾਇਮ ਰਹਿਣ, ਇਸ ਲਈ ਉਹਨਾਂ ਨੇ ਇਹਨਾਂ ਇੱਥੇ ਸ਼ਹਾਦਤ ਜਿਹੜੀ ਆ ਦਿੱਤੀ ਆ। ਛੋਟੀ ਛੋਟੀਆਂ ਉਮਰਾਂ ਸੀ, ਕਿੱਡੀ ਦੇਖੋ ਉਹਨਾਂ ਦੀ ਕਿੱਡੀ ਵੱਡੀ ਸੋਚ ਹੋਣੀ ਆ, ਅੱਜ ਅਸੀਂ ਮਿੰਟ ਦੇ ਵਿੱਚ ਜਾ ਕੇ ਜਿਹੜਾ ਕੇਸ ਕਤਲ ਕਰਾ ਦਿੰਦੇ ਹਾਂ, ਜਾਂ ਆਪਣੇ ਕਹਿ ਸਕਦੇ ਕਿ ਕੇਸ ਵਗੈਰਾ ਨਹੀਂ ਰੱਖਦੇ, ਜਾਂ ਕਹਿੰਦੇ ਕਿ ਅੰਮ੍ਰਿਤ ਨਹੀਂ ਛਕਣਾ, ਜਾਂ ਆਪਾਂ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਦੂਰ ਭੱਜਦੇ ਹੋਏ ਨਜ਼ਰ ਆਉਂਦੇ ਆ। ਪਰ ਉਸ ਵੇਲੇ ਉਹ ਬੱਚਿਆਂ ਨੇ ਕਿੰਨਾ ਸੋਚਿਆ ਹੋਊਗਾ ਕਿ ਜੇ ਅੱਜ ਅਸੀਂ ਡੋਲ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਜਿਹੜੀ ਸਿੱਖੀ ਆ ਉਹ ਬਿਲਕੁਲ ਖਤਮ ਹੋ ਜਾਊਗੀ, ਪਰ ਉਹ ਜੇ ਡੋਲੇ ਨਹੀਂ ਤਾਂ ਸਿੱਖੀ ਵੀ ਅੱਜ ਜਿਹੜੀ ਆ ਉਹ ਕਾਇਮ ਆ, ਤਾਂ ਹੀ ਜਿਹੜੇ ਇੰਨੇ ਲੋਕ ਵੀ ਆ ਰਹੇ, ਨੌਜਵਾਨ ਵੀ ਜਿਹੜੇ ਸਿੱਖੀ ਨਾਲ ਜੁੜ ਰਹੇ ਨੇ। ਹੋਰ ਵੀ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ, ਫਿਲਹਾਲ ਲਈ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ।